ਇੱਕਦਮ ਪਟਾਕਾ ਵੱਜਿਆ ਜਦੋਂ ਇੱਕਦਮ ਟ੍ਰਾਂਸਫਾਰਮ ਡਿੱਗਿਆ ਵਾ, ਮਤਲਬ ਉਹਦਾ ਸ਼ੋਟ ਤਾਂ ਲੱਗਣਾ ਹੀ ਹਰੇਕ ਬੰਦੇ ਨੂੰ ਕੀ ਆਇਆ ਕੀ ਨਹੀਂ ਹੋਇਆ। ਮੌਕੇ 'ਤੇ ਬਿਜਲੀ ਵਿਭਾਗ ਨਹੀਂ ਪਹੁੰਚਿਆ, ਪੀ ਸੀ ਆਰ ਪਹੁੰਚੀ ਸੀ, ਉਹਨਾਂ ਨੇ ਬਿਜਲੀ ਵਾਲੇ ਨਾਲ ਗੱਲਬਾਤ ਕਰੀ ਸੀ, ਉਹ ਕਹਿੰਦੇ ਸਵੇਰੇ ਆ ਕੇ ਮੌਕਾ ਦੇਖਾਂਗੇ। ਸੀ 60-70 ਸਪੀਡ ਦੇ ਉੱਤੇ ਲਿਜਾ ਕੇ ਖੰਭਾਂ ਦੇ ਵਿੱਚ ਮਾਰੀ ਆ, ਜਿਹਨੂੰ ਬਿਲਕੁਲ ਹੋਸ਼ ਹੀ ਹੈ ਨਹੀਂ ਸੀ। ਹੁਣ ਇਹਨਾਂ ਨੁਕਸਾਨ ਕਰਾ ਤਾ, ਲੋਕਾਂ ਦਾ ਵੀ ਕਰਿਆ, ਗੌਰਮੈਂਟ ਦਾ ਵੀ ਕਰਿਆ। ਕਿੰਨੀ ਕੁ ਤੇਜ਼ ਸੀਗੀ ਗੱਡੀ ਰਾਤ ਨੂੰ? ਗੱਡੀ ਕਾਫੀ ਤੇਜ਼ ਸੀਗੀ, ਮੂਵੀ ਦੇ ਵਿੱਚ ਪੂਰੀ ਆ ਹੀ ਰਹੀ ਆ। ਬਹੁਤ ਤੇਜ਼ ਗੱਡੀ ਸੀ, ਦਾਰੂ ਪੀਤੀ ਸੀ ਬੰਦੇ ਦੀ। 1:53 ਦਾ ਟਾਈਮ ਸੀਗਾ। ਚਲੋ ਪਰਮਾ ਦਾ ਸ਼ੁਕਰ ਹੈ ਕਿ ਉਹਦੀ ਜਾਨ ਬਚ ਗਈ, ਪਰ ਜਦੋਂ ਉਹਨੂੰ ਬਾਹਰ ਆਏ ਦੇਖਿਆ ਤਾਂ ਉਹਦੀ ਡਰਿੰਕ ਇੰਨੀ ਕੁ ਜ਼ਿਆਦਾ ਕੀਤੀ ਹੋਈ ਸੀਗੀ ਕਿ ਉਹਦੇ ਕੋਲ ਖੜਿਆ ਨਹੀਂ ਸੀ ਜਾਂਦਾ। ਉਹਦੇ ਵਿੱਚ ਹੋਇਆ, ਉਹਨਾਂ ਦੇ ਬੰਦੇ ਆਏ ਸੀ 15-20 ਮਿੰਟ, ਅੱਧੇ ਘੰਟੇ ਬਾਅਦ ਉਹ ਬੰਦੇ ਨੂੰ ਆਪਦੇ ਨੂੰ ਲੈ ਗਏ ਸੀ। ਵੀ ਨਹੀਂ ਪਤਾ ਹੋਸਪਿਟਲ ਲੈ ਕੇ ਗਏ, ਇਹ ਨਹੀਂ ਪਤਾ ਕਿੱਥੇ ਲੈ ਕੇ ਗਏ, ਲੈ ਗਏ ਸੀ ਉਹਨਾਂ ਦੇ ਬੰਦੇ। ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ, ਮੈਂ ਹਾਂ ਯੂਐਮ ਬੇਰੀ, ਲੁਧਿਆਣਾ ਦੇ ਮੁੰਡਿਆਂ ਦੇ ਵਿੱਚ ਮੌਜੂਦ ਹਾਂ। ਦੇਰ ਰਾਤ ਇੱਕ ਗੱਡੀ ਨੇ ਇੱਕ ਟ੍ਰਾਂਸਫਾਰਮ ਨੂੰ ਜ਼ਰੀਆ ਟੱਕਰ ਮਾਰੀ, ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਦੋਂ ਟ੍ਰਾਂਸਫਾਰਮ ਗੱਡੀ ਨੇ ਟ੍ਰਾਂਸਫਾਰਮ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਟ੍ਰਾਂਸਫਾਰਮ ਗਿਰ ਕੇ ਢਹਿ ਗਿਆ। ਉਸ ਤੋਂ ਬਾਅਦ ਜਿਹੜੀ ਕੀ ਹੈ ਸੀਸੀਟੀਵੀ ਦੇ ਵਿੱਚ ਦਿਖਾਈ ਦਿੰਦਾ ਪਿਆ ਕਿ ਟ੍ਰਾਂਸਫਾਰਮ ਜਿਹੜੀ ਅੱਗ ਲੱਗ ਜਾਂਦੀ ਹੈ। ਬੜਾ ਹੀ ਭਿਆਨਕ ਹਾਦਸਾ ਜਿਹੜਾ ਇੱਥੇ ਵਾਪਰਿਆ ਮੁੰਡਿਆਂ ਲੁਧਿਆਣਾ ਦੇ ਮੁੰਡਿਆਂ ਦੇ ਵਿੱਚ। ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ, ਕਾਰ ਚਾਲਕ ਨੇ ਇੱਕ ਟ੍ਰਾਂਸਫਾਰਮ ਨੂੰ ਜਿਹੜੀ ਹੈ ਟੱਕਰ ਮਾਰੀ, ਉਸ ਤੋਂ ਬਾਅਦ ਟ੍ਰਾਂਸਫਾਰਮ ਜਿਹੜਾ ਥੱਲੇ ਡਿੱਗ ਕੇ ਢਹਿ ਗਿਆ। ਉਸ ਤੋਂ ਤਸਵੀਰਾਂ 'ਚ ਦੇਖ ਸਕਦੇ ਹੋ, ਇਹ ਕਰੀਬਨ ਰਾਤ ਦੇ 2 ਵਜੇ ਦੀ ਘਟਨਾ ਹੈਗੀ ਹੈ। ਕਾਰ ਚਾਲਕ ਦਾ ਕਹਿਰ ਇੰਨਾ ਕੁ ਜ਼ਿਆਦਾ ਖਤਰਨਾਕ ਸੀਗਾ ਕਿ ਮੁਹੱਲੇ ਵਾਲੇ ਡਹਿਲ ਗਏ ਇਸ ਘਟਨਾ ਨੂੰ ਦੇਖ ਕੇ। ਉਸ ਤੋਂ ਬਾਅਦ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ। ਕਿੰਨੀ ਕੁ ਤੇਜ਼ ਸੀਗੀ ਗੱਡੀ ਰਾਤ ਨੂੰ? ਗੱਡੀ ਕਾਫੀ ਤੇਜ਼ ਸੀਗੀ, ਮੂਵੀ ਦੇ ਵਿੱਚ ਪੂਰੀ ਆ ਹੀ ਰਹੀ ਆ। ਬਹੁਤ ਤੇਜ਼ ਗੱਡੀ ਸੀ, ਦਾਰੂ ਪੀਤੀ ਸੀ ਬੰਦੇ ਦੀ। 1:53 ਦਾ ਟਾਈਮ ਸੀਗਾ ਭਾਜੀ। ਉਹ ਬੰਦਾ ਹਿਰਾਸਤ ਵਿੱਚ ਹਸਪਤਾਲ ਦਾਖਲ ਹੈ, ਕੋਈ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ। ਉਹਨਾਂ ਦੇ ਬੰਦੇ ਆਏ ਸੀ ਆ ਕੇ ਲੈ ਗਏ ਉਹਨੂੰ। ਨਹੀਂ ਭਾਜੀ, ਦੇਖ ਸਕਦੇ ਹੋ ਤੁਸੀਂ ਸੀਸੀਟੀਵੀ 'ਚ ਦੇਖਿਆ ਕਿ ਇੱਕੋਦਮ ਅੱਗ ਲੱਗ ਗਈ ਟ੍ਰਾਂਸਫਾਰਮ 'ਤੇ ਟੱਕਰ ਮਾਰੀ। ਅੱਗ ਇੰਨੀ ਕੁ ਭਿਆਨਕ ਸੀਗੀ ਕਿ ਮੁਹੱਲੇਦਾਰ ਵਾਲੇ ਬਾਹਰ ਆ ਗਏ ਇੱਕਦਮ। ਪਤਾ ਕੀ ਹੈ, ਇੱਕਦਮ ਪਟਾਕਾ ਵੱਜਿਆ ਜਦੋਂ ਇੱਕਦਮ ਟ੍ਰਾਂਸਫਾਰਮ ਡਿੱਗਿਆ ਵਾ, ਮਤਲਬ ਉਹਦਾ ਸ਼ੋਟ ਤਾਂ ਲੱਗਣਾ ਹੀ ਹਰੇਕ ਬੰਦੇ ਨੂੰ ਕੀ ਆਇਆ ਕੀ ਨਹੀਂ ਹੋਇਆ। ਉਹਦੇ ਵਿੱਚ ਹੋਇਆ, ਉਹਨਾਂ ਦੇ ਬੰਦੇ ਆਏ ਸੀ 15-20 ਮਿੰਟ, ਅੱਧੇ ਘੰਟੇ ਬਾਅਦ ਉਹ ਬੰਦੇ ਨੂੰ ਆਪਦੇ ਨੂੰ ਲੈ ਗਏ ਸੀ। ਵੀ ਨਹੀਂ ਪਤਾ ਹੋਸਪਿਟਲ ਲੈ ਕੇ ਗਏ, ਨਹੀਂ ਪਤਾ ਕਿੱਥੇ ਲੈ ਕੇ ਗਏ, ਲੈ ਗਏ ਸੀ ਉਹਨਾਂ ਦੇ ਬੰਦੇ। PCR ਆਈ ਸੀ, ਪੁਲਿਸ ਆਈ ਸੀ, ਉਹਨਾਂ ਨਾਲ ਉਹਨਾਂ ਨੇ ਲਿਖਤ ਕਾਰਵਾਈ ਕੋਈ ਕੀਤੀ ਆ। ਬਿਜਲੀ ਵਾਲੇ ਆਏ ਸੀ, ਉਹ ਆਪਣਾ ਐਸਟੀਮੇਟ ਦੇ ਗਏ, ਹੁਣ ਜੋ ਵੀ ਆਪੇ ਕਰਾਉਣਗੇ ਜੀ ਉਹ। ਮੌਕੇ 'ਤੇ ਬਿਜਲੀ ਵਿਭਾਗ ਪਹੁੰਚਿਆ ਸੀਗਾ? ਮੌਕੇ 'ਤੇ ਬਿਜਲੀ ਵਿਭਾਗ ਨਹੀਂ ਪਹੁੰਚਿਆ, PCR ਪਹੁੰਚੀ ਸੀ, ਉਹਨਾਂ ਨੇ ਬਿਜਲੀ ਵਾਲੇ ਨਾਲ ਗੱਲਬਾਤ ਕਰੀ ਸੀ, ਉਹ ਕਹਿੰਦੇ ਸਵੇਰੇ ਆ ਕੇ ਮੌਕਾ ਦੇਖਾਂਗੇ ਸੀ। ਅਤੇ ਜਦੋਂ ਇਹ ਹਾਦਸਾ ਹੋਇਆ ਅਤੇ ਮੁਹੱਲੇ ਵਾਲੇ ਇੱਕਦਮ ਸਨਸਨੀ ਫੈਲ ਗਈ ਹੋਣੀ ਹੈ? ਪੂਰੀ ਸੰਸਨੀ ਸੀਗੀ, ਇਹ ਤਾਂ ਸ਼ੁਕਰ ਕਰੋ ਬਚਾਅ ਹੋ ਗਿਆ, ਲੋਕਾਂ ਦੇ ਘਰਾਂ ਦਾ ਬਚਾਅ ਹੋ ਗਿਆ। ਨਹੀਂ ਪਟਾਕੇ ਪੈ ਜਾਂਦੇ, 11,000 KV ਉੱਪਰ ਜਾਂਦੀ ਆ, ਕੰਧਾਂ 'ਚ ਆ ਜਾਂਦਾ ਕਰੰਟ। ਦੁਰਘਟਨਾ ਪੂਰੀ ਫੁੱਲ ਹੋਣੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਤੁਸੀਂ ਉਹਦੇ ਸਾਹਮਣੇ ਹੀ ਆ, ਤੁਸੀਂ ਦੇਖ ਸਕਦੇ ਹੋ। ਸੋ ਗੱਲਬਾਤ ਕਰ ਲੈਂਦੇ ਹਾਂ ਸਰ, ਕੀ ਹੋਇਆ ਸੀਗਾ ਇੱਥੇ ਦੇਰ ਰਾਤ? ਇੱਥੇ ਜੀ ਇੰਨੀ ਸਪੀਡ ਨਾਲ ਬੰਦੇ ਲੋਕ ਵਿੱਚ ਗੱਡੀ ਵੱਜੀ, ਪਟਾਕਾ ਪੈ ਗਿਆ, ਟ੍ਰਾਂਸਫਾਰਮਰ ਦੇ ਵਿੱਚ ਸੜ ਗਿਆ। ਤਾਂ ਜਦੋਂ ਲੋਕ ਸਾਰੇ ਬਾਹਰ ਆਏ, ਉਹਨਾਂ ਦੇਖਿਆ, ਸਭ ਤੋਂ ਪਹਿਲਾਂ ਤਾਂ ਜਾ ਕੇ ਉਹਨਾਂ ਗੱਡੀ 'ਚ ਦੇਖਿਆ ਵੀ ਕਿਤੇ ਬੰਦੇ ਦਾ ਜਾਨੀ ਮਾਲ ਨੁਕਸਾਨ ਤਾਂ ਨਹੀਂ ਹੋਇਆ। ਪਰ ਬੰਦਾ ਉਹ ਆਪਣੇ ਆਪ ਗੱਡੀ 'ਚੋਂ ਬਾਹਰ ਆਇਆ, ਚਲੋ ਪਰਮਾ ਦਾ ਸ਼ੁਕਰ ਹੈ ਕਿ ਉਹਦੀ ਜਾਨ ਬਚ ਗਈ। ਪਰ ਜਦੋਂ ਉਹਨੂੰ ਬਾਹਰ ਆਏ ਦੇਖਿਆ ਤਾਂ ਉਹਦੀ ਡਰਿੰਕ ਇੰਨੀ ਕੁ ਜ਼ਿਆਦਾ ਕੀਤੀ ਹੋਈ ਸੀਗੀ ਕਿ ਉਹਦੇ ਕੋਲ ਖੜਿਆ ਨਹੀਂ ਸੀ ਜਾਂਦਾ। ਕਿ ਆਮ ਨੋਰਮਲ ਬੰਦਾ ਕਹਿੰਦਾ ਜੀ ਡਰਿੰਕ ਚਲੋ ਕਰਦੇ ਹਾਂ, ਅਤੇ ਵੀ ਇੱਕ ਬੰਦੇ ਕੋਲ ਬੈਠਿਆ ਨਾ ਜਾਵੇ। ਦੂਸਰੀ ਗੱਲ ਇਹ ਹੈ ਕਿ ਇੱਕ ਉਹ ਵਕੀਲ ਸੀ ਆਪਣੇ ਆਪ ਨੂੰ ਕਹਿੰਦਾ ਕਿ ਮੇਰਾ ਨਾਮ ਸੇਠੀ ਆ, ਮੈਂ ਵਕੀਲ ਹਾਂ, ਅਤੇ ਕਿਤੇ ਰਾਮਨਗਰ ਕੰਨੀ ਦਾ ਰਹਿਣ ਵਾਲਾ ਉਹ। ਅਤੇ ਅਸੀਂ ਇਹ ਕਹਿੰਦੇ ਵੀ ਜਿਹੜਾ ਇੰਨਾ ਪੜ੍ਹਿਆ ਲਿਖਿਆ ਬੰਦਾ ਉਹ ਲੋਕਾਂ ਨੂੰ ਕੀ ਕਰਦੇ ਹੋਊਗਾ, ਜਾਗਰੂਕ ਕੀ ਕਰਨਗੇ, ਜੋ ਆਪ ਹੀ ਡਰਿੰਕ ਕਰਾ ਕੇ 60-70 ਸਪੀਡ ਦੇ ਉੱਤੇ ਲਿਜਾ ਕੇ ਖੰਭਾਂ ਦੇ ਵਿੱਚ ਮਾਰੀ ਆ, ਜਿਹਨੂੰ ਬਿਲਕੁਲ ਹੋਸ਼ ਹੀ ਹੈ ਨਹੀਂ ਸੀ। ਹੁਣ ਇਹਨਾਂ ਨੁਕਸਾਨ ਕਰਾ ਤਾ, ਲੋਕਾਂ ਦਾ ਵੀ ਕਰਿਆ, ਗੌਰਮੈਂਟ ਦਾ ਵੀ ਕਰਿਆ।
ਤੇ ਬਾਕੀ ਰਹਿ ਜੇ ਅਗਰ ਇਹ ਦਿਨੇ ਹੋ ਜਾਂਦਾ ਕਿ ਸ਼ਾਇਦ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀਗਾ। ਔਰ ਬਿਜਲੀ ਮਹਿਕਮਾ ਵੀ ਆਪਣੀ ਪੂਰੀ ਤਨਦੇਹੀ ਨਾਲ ਹੁਣ ਕੰਮ ਕਰਨ ਲੱਗਿਆ ਹੋਇਆ, ਉਹਨਾਂ ਜੀ ਸੀ ਵੀ ਆ ਮਸ਼ੀਨ ਆਈ ਹੈ, ਉਹਨੇ ਚੱਕ ਕੇ ਪਰੇ ਕੀਤੀ ਹੈ ਅਤੇ ਹੁਣ ਕੰਮ ਚੱਲ ਰਿਹਾ ਜੀ। ਦੱਸਿਆ ਕਿ ਮੱਲੇਦਾਰਾਂ ਵਾਲਿਆਂ ਨੇ ਦੱਸਿਆ ਕਿ ਬੰਦੇ ਨੇ ਕਾਰ ਚਾਲਕ ਨੇ ਜਿਹੜੀ ਆ ਪੂਰੀ ਸ਼ਰਾਬ ਪੀਤੀ ਸੀਗੀ, ਨਸ਼ੇ ਦੀ ਤੋਤਰ ਦੇ ਵਿੱਚ ਸੀਗਾ। ਉਸ ਤੋਂ ਬਾਅਦ ਉਸਨੇ ਟਰਾਂਸਫਾਰਮ ਦੇ ਵਿੱਚ ਟੱਕਰ ਮਾਰੀ, ਟੱਕਰ ਮਾਰਨ ਦੇ ਬਜਾਅ ਅੱਗ ਇੰਨੀ ਕੋਈ ਭਿਆਨਕ ਖਤਰਨਾਕ ਰੂਪ ਲੈ ਲਿਆ ਅੱਗ ਨੇ ਕਿ ਕੋਈ ਵੀ ਦੁਰਘਟਨਾ ਹੋ ਸਕਦੀ ਸੀ, ਵੱਡਾ ਹਾਦਸਾ ਵਾਪਰ ਸਕਦਾ ਸੀਗਾ ਮੁੰਡਿਆਂ ਦੇ ਮੱਲੇ ਦੇ ਵਿੱਚ। ਹੁਣ ਦੇਖਣਾ ਇਹ ਹੋਏਗਾ ਅਤੇ ਅੱਗੇ ਦੀ ਕਾਰਵਾਈ ਕੀ ਬਣਦੀ ਹੈ।